ਸਤਿ ਸ਼੍ਰੀ ਅਕਾਲ ਦੋਸਤੋ ਇਸ ਵੇਲੇ ਦੀ ਵੱਡੀ ਦੁੱਖਦਾਈ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਚੀਨ ਦੇ ਵਿੱਚ ਕਰੋਨਾ ਬਿਮਾਰੀ ਨੇ ਵਾਰਾਇਆ ਕਹਿਰ ਲੱਖਾਂ ਮੌਤਾਂ ਹੋਣ ਕਾਰਨ ਲਾਛਾਂ ਰੱਖਣ ਦੀ ਲਈ ਵੀ ਨਹੀਂ ਮਿਲ ਰਹੀ ਜਗਾ ਸੋ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਪੈਂਸਲ ਪਹਿਲਾ ਜਿੱਥੇ 2019 ਦੇ ਵਿੱਚ ਮਹਾਮਾਰੀ ਦੀ ਉਤਪਤੀ ਚੀਨ ਦੇ ਵੁਹਾਨ ਸ਼ਹਿਰ ਤੋਂ ਹੋਈ ਸੀ ਉੱਥੇ ਹੌਲੀ-ਹੌਲੀ ਇਹ ਮਹਾਮਾਰੀ ਪੂਰੇ ਵਿਸ਼ਵ ਦੇ ਵਿੱਚ ਫੈਲ ਗਈ ਸੀ ਸਾਰੇ ਦੇਸ਼ਾਂ ਨੂੰ ਪ੍ਰਭਾਵਿਤ ਕੀਤਾ ਸੀ ਇਸ ਦੀ ਚਪੇਟ ਵਿੱਚ ਆਉਣ ਕਾਰਨ ਜਿੱਥੇ ਬਹੁਤ ਸਾਰੇ ਲੋਕਾਂ ਦੀ ਜਾਨ ਗਈ ਸੀ ਕਈ ਦੇਸ਼ ਭਾਰੀ ਆਰਥਿਕ ਤੌਰ ਤੇ ਕਮਜ਼ੋਰ ਵੀ ਹੋ ਗਏ ਸਨ ਸਾਰੇ ਦੇਸ਼ਾਂ ਵੱਲੋਂ ਹਵਾਈ ਉਡਾਣਾ ਉੱਪਰ ਰੋਕ ਲਾ ਦਿੱਤੀ ਗਈ ਸੀ ਦੋਸਤੋ ਹੁਣ ਫੇਰ ਕਰੋਨਾ ਦੇ ਵਿੱਚ ਮਹਾਮਾਰੀ ਨੇ ਕੈਰ ਬਰਾਇਆ ਜਿੱਥੇ ਲੱਖਾਂ ਮੌਤਾਂ ਹੋਣ ਕਾਰਨ ਲਾਸ਼ਾਂ ਰੱਖਣ ਦੀ ਜਗ੍ਹਾ ਵੀ ਨਹੀਂ ਮਿਲ ਰਹੀ ਚੀਨ ਦੇ ਇੱਕ ਵਾਰ ਫੇਰ ਕਰੋਨਾ ਦੇ ਕੇਸਾਂ 'ਚੋਂ ਲਗਾਤਾਰ ਵਾਧਾ ਦਰਜ ਕੀਤਾ ਗਿਆ 24 ਘੰਟਿਆਂ ਦੇ ਵਿੱਚ ਲਗਾਤਾਰ ਸਸਕਾਰ ਕੀਤੇ ਜਾ ਰਹੇ ਨੇ ਕਰੋਨਾ ਮਾਮਲੇ ਜੋ 24 ਘੰਟਿਆਂ 'ਚੋਂ ਲਗਾਤਾਰ ਵਾਧਾ ਦਰਜ ਕੀਤਾ ਗਿਆ ਲੋਕਾਂ ਨੂੰ ਸਸਕਾਰ ਵਾਸਤੇ ਲੰਬੇ ਸਮੇਂ ਦਾ ਇੰਤਜ਼ਾਰ ਕਰਨਾ ਪੈ ਰਿਹਾ ਜਿ ਮਰੀਜ਼ਾਂ ਦੀ ਗਿਣਤੀ ਵਧਣ ਕਾਰਨ ਹਸਪਤਾਲਾਂ ਵਿੱਚ ਵੀ ਮਰੀਜ਼ਾਂ ਦੇ ਨਾਲ ਸਾਰੇ ਬੈੱਡ ਭਰੇ ਹੋਏ ਨੇ ਤੇ ਲੋਕਾਂ ਨੂੰ ਇਲਾਜ ਵਾਸਤੇ ਲੰਬਾ ਸਮਾਂ ਇੰਤਜ਼ਾਰ ਕਰਨਾ ਪੈ ਰਿਹਾ ਲੰਬੀਆਂ ਲਾਈਨਾਂ ਲੱਗੀਆਂ ਨੇ ਸਾਰੇ ਹਸਪਤਾਲਾਂ ਵਿੱਚ ਦਵਾਈ ਦੀ ਕਮੀ ਹੋ ਚੁੱਕੀ ਹੈ ਜਿ ਚੀਨ ਚੋਂ 50% ਦੀ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਕਰ ਦਿੱਤਾ ਗਿਆ ਸੀ ਜਿਨ੍ਹਾਂ ਦੀ ਉਮਰ 80 ਸਾਲ ਤੋਂ ਉੱਪਰ ਹੈ ਇਸ ਦੇ ਬਾਅਦ ਵੀ ਲਗਾਤਾਰ ਉੱਥੇ ਮਾਮਲਿਆਂ ਦੇ ਵਿੱਚ ਵਾਅਦਾ ਦਰਜ ਕੀਤਾ ਗਿਆ 90% ਦੀ ਲੋਕ ਕਰੋਨਾ ਦੀ ਵੈਕਸੀਨ ਲੈ ਚੁੱਕੇ ਨੇ ਮੌਤਾਂ ਹੋਣ ਦੇ ਚੱਲਦਿਆਂ ਰਾਜਸਥਾਨ ਦੀ ਵਿੱਚ ਲੋਕਾਂ ਵੱਲੋਂ ਸੰਸਕਾਰ ਵਾਸਤੇ ਅਰਜ਼ੀਆਂ ਦਿੱਤੀਆਂ ਜਾ ਰਹੀਆਂ